ਤੁਸੀਂ ਦੇਖ ਰਹੇ ਹੋ ਸਾਂਝ ਟੀਵੀ ਨਿਊਜ਼ ਪੋਰਟਲ। ਸੱਤਾਧਾਰੀ ਨੇਤਾਵਾਂ ਨੇ ਮਾਈਨਿੰਗ ਕੀਤੀ, ਬੜਾ ਗਦਰ ਮਚਾਇਆ। ਇਹ ਮਹੀਨਾ ਪਾਰੇ ਪਿੰਡ ਜਿਹੜੇ ਸੀ ਧਰਨੇ ਤੇ ਬੈਠੇ ਰਹੇ, ਉਹਨਾਂ ਨੇ ਬੰਨ ਨੂੰ ਖੋਖਲਾ ਕਰ ਦਿੱਤਾ। ਔਰ ਉਦੋਂ ਬਾਅਦ ਉਹ ਜਿਹੜਾ ਬੰਨ ਟੁੱਟਣ ਦੇ ਨਾਲ ਹਜ਼ਾਰਾਂ ਪਰਿਵਾਰ ਜਿਹੜੇ ਆ ਉਹਨਾਂ ਦੇ ਘਰਾਂ ਤੱਕ ਪਾਣੀ ਚਲ ਗਿਆ, ਫਸਲਾਂ ਤਬਾਹ ਹੋ ਗਈਆਂ। ਮੁੱਖ ਮੰਤਰੀ ਸਾਹਿਬ ਉੱਪਰ ਜਹਾਜ਼ 'ਚ ਗੇੜਾ ਕੱਢਦੇ ਜ਼ਮੀਨ 'ਤੇ ਆਉਂਦੇ ਨਹੀਂ, ਔਰ ਜਿਹੜੇ ਇਹਨਾਂ ਦੇ ਮਿਨਿਸਟਰ ਆਉਂਦੇ ਉਹ ਆ ਕੇ ਫੋਟੋ ਕਰਾ ਕੇ ਚਲੇ ਜਾਂਦੇ ਆ। ਬੀਤੇ ਦਿਨੀ ਵੀ ਜਹਾਜ਼ ਰਾਹੀਂ ਆਏ ਸੀ ਅਤੇ ਅੱਜ ਤੋਂ 6 ਮਹੀਨੇ ਪਹਿਲਾਂ ਵੀ ਜਹਾਜ਼ ਰਾਹੀਂ ਆਏ ਸੀ। ਜਦੋਂ 6 ਮਹੀਨੇ ਪਹਿਲਾਂ ਜਹਾਜ਼ ਰਾਹੀਂ ਆਏ ਸੀ ਉਦੋਂ ਉਹਨਾਂ ਨੇ ਫੋਟੋਆਂ ਪਾਈਆਂ ਸੀ ਵੀ ਇਲੀਗਲ ਮਾਈਨਿੰਗ ਹੁੰਦੀ ਹੈ, ਅਤੇ ਹੁਣ ਜਹਾਜ਼ ਰਾਹੀਂ ਆਏ ਆ, ਦੇਖਣ ਵੀ ਹੜਾ ਗਿਆ। ਮੈਂ ਸਮਝਦਾ ਵੀ ਜੇ ਉਦੋਂ ਹੀ ਜਹਾਜ਼ ਰਾਹੀਂ ਆਇਆਂ ਦੀ ਫੋਟੋ 'ਤੇ ਅਮਲ ਕੀਤਾ ਹੁੰਦਾ ਤਾਂ ਜਾਣ ਦੀ ਲੋੜ ਨਾ ਪੈਂਦੀ। ਉਹ ਜਿਹੜੇ ਇੱਥੋਂ ਸੱਤਾਧਾਰੀ ਉਹ ਸਾਰੀ ਆਫਿਸਰ ਲੋਬੀ ਨੂੰ ਲੈ ਕੇ ਗੇੜੇ ਕੱਢੀ ਜਾਂਦੇ ਆ, ਆਫਿਸਰਾਂ ਨੂੰ ਵੀ ਨਾਲ ਉਹਨਾਂ ਨੇ ਬੰਨਿਆ ਹੋਇਆ, ਪਰ ਥੱਲੇ ਜਿਹੜਾ ਜ਼ਮੀਨ 'ਤੇ ਉੱਥੇ ਕੋਈ ਕੰਮ ਨਹੀਂ ਜਿਹੜਾ ਹੈਗਾ। ਮੈਂ ਗੁਰਪ੍ਰਤਾਪ ਸਿੰਘ ਬਡਾਲਾ MLA, ਪਵਨ ਕੁਮਾਰ ਟੀਨੂ MLA, ਅਸੀਂ ਤਿੰਨੇ ਜਾਣੇ DC ਸਾਹਿਬ ਦੇ ਕੋਲ ਬਹਿ ਕੇ ਉਹਨਾਂ ਨੂੰ ਅਸੀਂ ਕਹਿ ਕੇ ਆਏ ਸੀ ਵੀ ਸਾਡੇ ਹਲਕੇ 'ਚ ਆਹ ਜਗ੍ਹਾ ਤੋਂ ਇਲੀਗਲ ਮਾਈਨਿੰਗ ਹੁੰਦੀ ਹੈ 7 ਮਹੀਨੇ ਪਹਿਲਾਂ, ਵੀ ਤੁਸੀਂ ਇਹਨੂੰ ਬੰਦ ਕਰੋ। ਮੈਂ ਕਿਹਾ DC ਸਾਹਿਬ, ਜੇ ਉਦੋਂ ਤੁਸੀਂ ਇਹ ਇਲੀਗਲ ਮਾਈਨਿੰਗ ਰੋਕੀ ਹੁੰਦੀ ਤੇ ਅੱਜ ਨੂੰ ਆਹ ਦਿਨ ਨਾ ਦੇਖਣਾ ਹੁੰਦਾ। ਤਾਂ ਲੋਕਾਂ ਨੂੰ ਵੀ ਬੇਨਤੀ ਕਰਦਾ ਵੀ ਛੇਤੀ ਭੁੱਲਿਆ ਨਾ ਕਰੋ, ਤੁਹਾਡੀ ਬਰਬਾਦੀ ਦਾ ਕੌਣ ਕਾਰਨ ਹੈ, ਇਹ ਜਿਹੜਾ ਇੱਥੋਂ ਇਲੀਗਲ ਮਾਈਨਿੰਗ ਕਿਹਨੇ ਕਰਾਈ, ਕਿਹਦਾ ਰਾਜ ਹੈ, ਕਿਹੜੇ ਇੱਥੇ ਸੱਤਾਧਾਰੀ ਬੈਠੇ, ਉਹਨਾਂ ਦੇ ਉੱਤੇ ਜ਼ਰੂਰ ਉਹਦਾ ਫੋਕਸ ਜ਼ਰੂਰ ਕਰੋ ਅਤੇ ਉਹਨਾਂ ਤੋਂ ਥੋੜ੍ਹਾ ਜਿਹਾ ਤੁਸੀਂ ਸੁਚੇਤ ਵੀ ਰਹੋ। ਉਹਨਾਂ ਦਾ 2 ਜਣ ਨੇ ਕੀ ਮੰਨਿਆ ਤਾਂ ਮਜ਼ਾਕ ਹੈ। ਮੈਂ ਸਮਝਦਾ ਵੀ ਘੱਟੋ ਘੱਟ 50,000 ਰੁਪਏ ਇੱਕ ਖੇਤ ਦਾ ਮੁੱਲ, ਔਰ ਜਿਨ੍ਹਾਂ ਦੀ ਕੋਈ ਫਸਲ ਖਰਾਬ ਹੋਈ ਹੈ ਉਹਨੂੰ 50,000 ਪਰ ਏਕੜ ਦੇ ਹਿਸਾਬ ਨਾਲ, ਜੇ ਕਿਸੇ ਦੇ ਘਰ ਨੂੰ ਤਰੇੜ ਆਈ ਹੈ ਜਾਂ ਕਿਸੇ ਦਾ ਬੋਰ ਖਰਾਬ ਹੋਇਆ ਜਾਂ ਕਿਸੇ ਦੀ ਕੋਈ ਮਸ਼ੀਨਰੀ ਖਰਾਬ ਹੋਈ ਹੈ ਜਾਂ ਕਿਸੇ ਦੇ ਇੰਜਣ ਖਰਾਬ ਹੋਇਆ, ਉੱਥੇ ਜੋ ਕੋਸਟ ਆਉਂਦੀ ਉਹ ਸਰਕਾਰ ਨੂੰ ਦੇਣੀ ਚਾਹੀਦੀ ਹੈ। ਹਲਕਾ ਫਲੌਰ ਦੇ ਵਿੱਚ ਪਿਛਲੇ ਦਿਨੀ ਸਤਲੁਜ ਦਰਿਆ ਦਾ ਬੰਨ ਟੁੱਟਣ ਦੇ ਨਾਲ ਕਿਸਾਨਾਂ ਦਾ ਬਹੁਤ ਵੱਡਾ ਨੁਕਸਾਨ ਹੋਇਆ ਸੀ। ਹਜ਼ਾਰਾਂ ਹੀ ਏਕੜਾਂ ਜਿਹੜਾ ਫਸਲਾਂ ਉੱਜੜ ਗਈਆਂ, ਜਾਨਵਰਾਂ ਨੁਕਸਾਨ ਹੋ ਗਿਆ, ਕਈਆਂ ਦੇ ਘਰਾਂ ਦੇ ਵਿੱਚ ਪਾਣੀ ਆਉਣ ਦੇ ਨਾਲ ਬਹੁਤ ਵੱਡਾ ਨੁਕਸਾਨ ਹੋਇਆ, ਜਿਸ ਨੂੰ ਲੈ ਕੇ ਬੀਤੇ ਦਿਨੀ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਦੌਰਾ ਕੀਤਾ ਅਤੇ ਅੱਜ ਜਿਹੜੇ ਕਿ ਇੱਥੋਂ ਦੇ ਸ਼੍ਰੋਮਣੀ ਅਕਾਲੀ ਦਲ ਤੋਂ ਕੈਬਨਿਟ ਮਿਨਿਸਟਰ ਜਿਹੜੇ ਆ ਬੀਬਾ ਹਰਸਿਮਰ ਕੌਰ ਬਾਦਲ ਜੀ ਵੀ ਇੱਥੇ ਪਹੁੰਚਿਆ, ਹੁਣ ਅਸੀਂ ਗੱਲਬਾਤ ਕਰਨ ਜਾ ਰਹੇ ਹਾਂ ਹਲਕਾ ਫਲੌਰ ਦੇ ਵਿਧਾਇਕ ਬਲਦੇਵ ਸਿੰਘ ਖਹਿਰਾ ਸਾਹਿਬ ਨਾਲ। ਖਹਿਰਾ ਸਾਹਿਬ, ਜਿਹੜੇ ਅੱਜ ਬੀਬਾ ਬਾਦਲ ਜੀ ਇੱਥੇ ਆਏ ਆ, ਕੀ ਮਕਸਦ ਸੀ ਆਉਣ ਦਾ? ਬੀਬਾ ਬਾਦਲ ਜੀ ਦਾ ਆਉਣ ਦਾ ਮਕਸਦ ਇਹ ਸੀ ਕਿਉਂਕਿ ਕੁਦਰਤੀ ਕਰੋਪੀ ਦੇ ਨਾਲ ਬਹੁਤ ਹੜ੍ਹ ਆਏ ਇੱਥੇ, ਸੱਤਾਧਾਰੀ ਨੇਤਾਵਾਂ ਨੇ ਮਾਈਨਿੰਗ ਕੀਤੀ, ਬੜਾ ਗਦਰ ਮਚਾਇਆ। ਇਹ ਮਹੀਨਾ ਪਾਰੇ ਪਿੰਡ ਜਿਹੜੇ ਸੀ ਧਰਨੇ 'ਤੇ ਬੈਠੇ ਰਹੇ, ਉਹਨਾਂ ਨੇ ਬੰਨ ਨੂੰ ਖੋਖਲਾ ਕਰ ਦਿੱਤਾ। ਔਰ ਉਦੋਂ ਬਾਅਦ ਉਹ ਜਿਹੜਾ ਬੰਨ ਟੁੱਟਣ ਦੇ ਨਾਲ ਹਜ਼ਾਰਾਂ ਪਰਿਵਾਰ ਜਿਹੜੇ ਆ ਉਹਨਾਂ ਦੇ ਘਰਾਂ ਤੱਕ ਪਾਣੀ ਚਲ ਗਿਆ, ਫਸਲਾਂ ਤਬਾਹ ਹੋ ਗਈਆਂ, ਔਰ ਉਹਦੇ ਕਰਕੇ ਜਿਹੜਾ ਹੈਗਾ ਉਦੋਂ ਬਾਅਦ ਉਹਨਾਂ ਦੀ ਕੋਈ ਸਾਰ ਵੀ ਨਹੀਂ ਲਈ। ਮੁੱਖ ਮੰਤਰੀ ਸਾਹਿਬ ਉੱਪਰ ਜਹਾਜ਼ 'ਚ ਗੇੜਾ ਕੱਢਦੇ ਜ਼ਮੀਨ 'ਤੇ ਆਉਂਦੇ ਨਹੀਂ, ਔਰ ਜਿਹੜੇ ਇਹਨਾਂ ਦੇ ਮਿਨਿਸਟਰ ਆਉਂਦੇ ਉਹ ਆ ਕੇ ਫੋਟੋ ਕਰਾ ਕੇ ਚਲੇ ਜਾਂਦੇ ਆ। ਅਤੇ ਅਸੀਂ ਬੀਬਾ ਜੀ ਨੂੰ ਬੇਨਤੀ ਕੀਤੀ ਸੀ ਵੀ ਤੁਸੀਂ ਆਓ, ਘੱਟੋ ਘੱਟ ਵੀ ਜਿਹੜਾ ਹੈਗਾ ਉਹ ਪਰਿਵਾਰਾਂ ਦੇ ਨਾਲ ਮਿਲੋ। ਇਸੇ ਲੜੀ 'ਤੇ ਪਹਿਲਾਂ ਬੰਨ 'ਤੇ ਗਏ, ਉੱਥੇ ਉਹਨਾਂ ਪਰਿਵਾਰਾਂ ਨੂੰ ਮਿਲੇ, ਹੁਣ ਇੱਥੇ ਅਸੀਂ ਡੇਰਿਆਂ ਤੋਂ ਪਰਿਵਾਰਾਂ ਨੂੰ ਬੁਲਾਇਆ ਸੀ, ਉਹਨਾਂ ਨੂੰ ਮਿਲੇ, ਔਰ ਨਾਲ ਦੀ ਉਹਨਾਂ ਨੂੰ ਅਸੀਂ ਬੇਨਤੀ ਕੀਤੀ, ਕੁਛ ਉਹਨਾਂ ਨੇ ਤੂੜੀ ਦੇ ਟਰੱਕ ਭੇਜੇ ਆ, ਕੁਛ ਹੋਰ ਰਾਹਤ ਸਮੱਗਰੀ ਭੇਜੀ ਆ। ਅਸੀਂ ਇਹੀ ਮਕਸਦ ਸੀ ਉਹਨਾਂ ਦੇ ਆਉਣ ਦਾ ਵੀ ਘੱਟੋ ਘੱਟ ਜ਼ਮੀਨ 'ਤੇ ਜਿਹੜੇ ਲੋਕਾਂ ਦਾ ਨੁਕਸਾਨ ਹੋਇਆ ਉਹਨਾਂ ਦੀ ਦੁੱਖ ਤਕਲੀਫ ਸੁਣ ਹੋਵੇ, ਔਰ ਜੇਕਰ ਸੈਂਟਰ ਵੱਲੋਂ ਕੋਈ ਜ਼ਰੂਰਤ ਹੈ ਤਾਂ ਉਹਨੂੰ ਪੂਰਾ ਕਰ ਸਕੇ। ਔਰ ਉਹ ਦੱਸ ਕੇ ਗਏ ਕਿ ਪੰਜਾਬ ਸਰਕਾਰ ਨੂੰ 500 ਕਰੋੜ ਦੇ ਕਰੀਬ ਰੁਪਈਆ ਜਿਹੜਾ ਹੈਗਾ ਬੰਨਾਂ ਦੇ ਵਾਸਤੇ ਹੋਰ ਕੰਮਾਂ ਵਾਸਤੇ ਆਉਂਦਾ, ਬਈ ਉਹ ਘੱਟੋ ਘੱਟ ਲੋਕਾਂ ਤੱਕ ਪਹੁੰਚਾਉਣ। ਜੇ ਉਹਨੂੰ ਲੱਗਦਾ ਵੀ ਹੋਰ ਚਾਹੀਦੇ, ਘੱਟੋ ਘੱਟ ਇਹਨੂੰ ਕਰਕੇ ਉਹ ਦੱਸਣ ਅਤੇ ਹੋਰ ਵੀ ਉਹ ਉਪਰਾਲਾ ਕਰਨਗੇ। ਅਤੇ ਮੈਂ ਇਹੀ ਬੇਨਤੀ ਕਰਦਾ ਪੰਜਾਬ ਸਰਕਾਰ ਨੂੰ ਵੀ ਜੇ ਸੈਂਟਰ ਸਰਕਾਰ ਇੰਨਾ ਸਹਿਯੋਗ ਕਰ ਰਹੀ ਹੈ ਤਾਂ ਤੁਹਾਡਾ ਫਰਜ਼ ਬਣਦਾ ਵੀ ਤੁਸੀਂ ਜੋ ਲੋਕਾਂ ਨੂੰ ਜ਼ਰੂਰਤ ਹੈ ਉਹ ਲਿਆ ਕੇ ਉਹਨਾਂ ਦੀ ਪੂਰੀ ਕਰੋ। ਬੀਤੇ ਦਿਨੀ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜਹਾਜ਼ ਰਾਹੀਂ ਆਏ ਸੀ, ਉਹਨਾਂ ਨੇ ਕਾਫੀ ਦੌਰਾ ਕੀਤਾ ਅਤੇ ਉਹ ਕਹਿ ਗਏ ਆ ਕਿ ਪੰਜਾਬ ਦੀ ਸਰਕਾਰ ਹਰ ਤਰ੍ਹਾਂ ਮੋਢੇ ਨਾਲ ਮੋਢਾ ਜੋੜ ਕੇ ਖੜੀ ਹੈ, ਲੋਕਾਂ ਨੂੰ ਕੋਈ ਤਕਲੀਫ ਨਹੀਂ ਆਉਣ ਦਿੱਤੀ ਜਾਊਗੀ। ਬੀਤੇ ਦਿਨੀ ਵੀ ਜਹਾਜ਼ ਰਾਹੀਂ ਆਏ ਸੀ ਅਤੇ ਅੱਜ ਤੋਂ 6 ਮਹੀਨੇ ਪਹਿਲਾਂ ਵੀ ਜਹਾਜ਼ ਰਾਹੀਂ ਆਏ ਸੀ। ਜਦੋਂ 6 ਮਹੀਨੇ ਪਹਿਲਾਂ ਜਹਾਜ਼ ਰਾਹੀਂ ਆਏ ਸੀ ਉਦੋਂ ਉਹਨਾਂ ਨੇ ਫੋਟੋਆਂ ਪਾਈਆਂ ਸੀ ਵੀ ਇਲੀਗਲ ਮਾਈਨਿੰਗ ਹੁੰਦੀ ਹੈ, ਅਤੇ ਹੁਣ ਜਹਾਜ਼ ਰਾਹੀਂ ਆਏ ਆ, ਦੇਖਣ ਵੀ ਹੜਾ ਗਿਆ। ਮੈਂ ਸਮਝਦਾ ਵੀ ਜੇ ਉਦੋਂ ਹੀ ਜਹਾਜ਼ ਰਾਹੀਂ ਆਇਆਂ ਦੀ ਫੋਟੋ 'ਤੇ ਅਮਲ ਕੀਤਾ ਹੁੰਦਾ ਤਾਂ ਜਾਣ ਦੀ ਲੋੜ ਨਾ ਪੈਂਦੀ, ਔਰ ਉਸ ਵੇਲੇ ਜਿਹੜੀਆਂ ਉਹਨਾਂ ਨੇ ਫੋਟੋਆਂ ਪਾਈਆਂ ਸੀ ਔਰ ਉਦੋਂ ਹੀ ਉਹ ਇਲੀਗਲ ਮਾਈਨਿੰਗ ਨੂੰ ਰੋਕ ਲੈਂਦੇ, ਬੰਨ ਨਾ ਟੁੱਟਦੇ, ਲੋਕਾਂ ਦਾ ਨੁਕਸਾਨ ਨਾ ਹੁੰਦਾ ਅਤੇ ਅੱਜ ਉਹਨਾਂ ਨੂੰ ਆਉਣਾ ਨਾ ਪੈਂਦਾ। ਇਹਦੇ ਲਈ ਕਹਿਣੀ ਅਤੇ ਕਰਨੀ 'ਚ ਬੜੀ ਬੜਾ ਫਰਕ ਹੈ। ਲੋਕਾਂ ਨੇ ਚੁਣੀ ਹੈ ਸਰਕਾਰ, ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ। ਕੋਈ ਫੰਡ ਨਹੀਂ ਜਿਹੜੇ ਇਹਨਾਂ ਨੇ ਬੰਨਾਂ ਦੇ ਰਿਪੇਅਰ ਵਾਸਤੇ ਰੱਖੇ, ਕੋਈ ਇਹਨਾਂ ਨੇ ਕਿਸੇ ਦੀ ਸਾਰ ਨਹੀਂ ਲਈ। ਲੋਕ ਤਰ੍ਹਾਂ ਤਰ੍ਹਾਂ ਕਰਦੇ ਆ, ਔਰ ਇੱਥੇ 4 ਦਿਨ ਤੋਂ ਅਸੀਂ ਦੇਖ ਰਹੇ ਹਾਂ ਉਹ ਜਿਹੜੇ ਇੱਥੋਂ ਸੱਤਾਧਾਰੀ ਉਹ ਸਾਰੀ ਆਫਿਸਰ ਲੋਬੀ ਨੂੰ ਲੈ ਕੇ ਗੇੜੇ ਕੱਢੀ ਜਾਂਦੇ ਆ, ਆਫਿਸਰਾਂ ਨੂੰ ਵੀ ਨਾਲ ਉਹਨਾਂ ਨੇ ਬੰਨਿਆ ਹੋਇਆ, ਪਰ ਥੱਲੇ ਜਿਹੜਾ ਜ਼ਮੀਨ 'ਤੇ ਉੱਥੇ ਕੋਈ ਕੰਮ ਨਹੀਂ ਜਿਹੜਾ ਹੈਗਾ। ਮੈਂ ਸਮਝਦਾ ਤੋਂ ਬਾਹਰ ਆਉਣਾ ਚਾਹੀਦਾ,
और लोगों की जी मुश्किल सुन के वह हल करना चाहिए। इतने के लोगों गलबात की कहते चलो जो कुदरत की करोपी तो नहीं रो सकते तो नजायज़ माइनिंग करके बहुत वाला जोड़ा ये मुसीबत आई है। वो कहें भी असी प्रशासन को भी गए कि जेकर लोगों ने प्रशासन को मांग उठाई तुम भी हल्के के एम एल ए हो तो किया हूँ तक लोगों ने जो हजे तक नजायज़ माइनिंग रुकी क्यों नहीं। मैं गुरप्रताप सिंह बड़ाला एम एल ए पवन कुमार टीनू एम एल ए असी तिने जाने डी सी साहब के कोल बह के उन्होंने असी कह के आए थे भी साढ़े हल्के चाह जगह तो इलीगल माइनिंग होंगी है 7 महीने पहला भी तुम्हें इनू बंद करो और जो हूँ हड़ आ गया। मैं उदन डी सी साहब न इतने जो रोड मौत साहब से उन्होंने पूछा मैं क्या डी सी साहब जे उदो तुम ये इलीगल माइनिंग रोकी होंगी तो अजन आह दिन देखना बंदा असी टाइम टू टाइम उन्होंने दस दे रहे हैं बे इलीगल माइनिंग हो रही है और इन्होंने कोई वो एक्शन नहीं लिया। ईवन जोड़े पिंड खड़े हैं मीह वाले बेचारे 1 महीना धरना ला के बैठे रहे 1 महीना धरना लाने के बावजूद भी उन्होंने नहीं सुनी तो मैं समझता भी हूँ जो आन के जो पोचा जहा पाने की कोशिश करते लोग बड़े सियाने तो लोगों भी बेनती करना भी छेती भुलिया ना करो थोड़ी बर्बादी का कौन कारण है ये जोड़ा इतों इलीगल माइनिंग किने कराई कि राज है किड़े इतने सत्ताधारी बैठे उन्होंने उत्ते जरूर वह फोकस जरूर करो तो उन्होंने तो थोड़ा जहाँ तुम सुचेत भी रहो। ट्रक भर के राशन के पानी लैके आए हो पर जेकर होर भी आने वाले समय 2-4 दिन के कोई लोड़ पैंदी है इतने हल्के लोगों को किस तरह सानू संपर्क कर सकते हैं जो पहल के आधार से उन्होंने मदद की जाए। साढ़े श्रोमणी अकाली दल के प्रधान सरदार सुखबीर सिंह जी बादल साहब ने एस जी पी सी की भी ड्यूटी लाई उदन ही प्रधान साहब का बयान भी आया गुरु घर मौत साहब उत्थे लंगर का प्रबंध भी किया खालसा केयर की टीम जी दिल्ली तो आई बासी पैलेस के असी उत्थे लंगर का प्रबंध भी करवाया और उदन दे ही निरंतर मैं आप बन ते बह के जिहड़ा हैगा उत्थे रात नूं 12 बजे आया फ्लोर उत्थे जेसीबी असी मंगा के उहदा काम कराया ते आउण वाले टाइम दे विच भी अज बीबा जी गए आ देख के उन्हां नूं सारी स्थिति का पता है ते असी जो भी कोई हल्के दे लोकां दी डिमांड होगी असीं उहनूं दसांगे कोशिश करांगे क्योंकि उहनूं असीं जिन्नी जोगे असीं उहनूं पूरा करिए पर पंजाब सरकार की वड्डी जिम्मेवारी है पंजाब सरकार का फर्ज बड़ा बनता लोगों ने एडा मैंडेट दिता इन्हों एडा इतों जोड़ा बहुमत है उन्हों का भी फर्ज बनता भी वो घट्टो घट लोगों की दुख की घड़ी के इस वेले जरूर नाल खन मजाक किया 2000 रुपया 2000 के नाल तो बट्टा नहीं बननिया जिन्हां दे मतलब बोर जिहड़े हैगे ओह खराब हो गए जिन्हां दे घरां नूं त्रेड़ां पै गईआं जिन्हां दा समान नहीं लभदा जिन्हां दे पशु जिहड़े आ ओह रहे नहीं ओह मतलब नहीं है ओह इस वेले जीण दी कंडीशन उन्हां दा 2000 नाल की बणना तां मजाक है। मैं समझदा वी घट्टो घट 50,000 रुपए इक खेत दा मुल और जिन्हां दी कोई फसल खराब हुई है उन्हूं 50,000 पर एकड़ दे हिसाब नाल जे किसी के घर में त्रेड़ आई है जां किसी दा बोर खराब होया जां किसी दी कोई मशीनरी खराब हुई है जां किसी दे इंजन खराब होया उत्ते जो कॉस्ट आउंदी उह सरकार नूं देनी चाहीदी है। इस हलका फलौर के विधायक बलदेव सिंह खहरा इन्हों का कहना है कि जेडे कि पंजाब सरकार की बहुत वड्डी नलैकी आ जिस कारण लोग हजे भी उजड़े हुए आ पर इन्हें दावा किया कि श्रोमणी अकाली दल वालों जे अज बीबा हरसिमरत कौर बादल पहुंचे आ जेकर किसी भी तरह की हलका फलौर के लोगों को मुसीबत आँदी आ तो वो जेडे कि इन्होंने नाल संपर्क कर सकते हर एक तरह की मुसीबत को सोल्व कर लिए ये अपना तनदेही काम करेंगे। कैमरामैन पवन के नाल हरदीप सिंह तगड़ सांझ टीवी मियोवाल। ਨਵੀਆਂ ਤੇ ਤਾਜ਼ਾ ਖਬਰਾਂ ਸਭ ਤੋਂ ਪਹਿਲਾਂ ਵੇਖਣ ਲਈ ਸਾਡਾ YouTube ਚੈਨਲ ਸਬਸਕ੍ਰਾਈਬ ਕਰੋ। ਸਾਂਝ ਟੀਵੀ ਤੇ ਸਿਰਫ ਖਬਰਾਂ ਜਾਣਨ ਦੇ ਲਈ ਨਹੀਂ ਸੱਭਿਆਚਾਰਕ ਪ੍ਰੋਗਰਾਮ, ਖਾਸ ਮੁਲਾਕਾਤ ਦੇ ਵਿੱਚ ਸੋਸ਼ਲ ਇਸ਼ੂ, ਪੋਲੀਟੀਕਲ ਇਸ਼ੂ, ਇਹਨਾਂ ਸਾਰੇ ਇਸ਼ੂਜ਼ ਨੂੰ ਜਾਣਨ ਦੇ ਲਈ ਸਬਸਕ੍ਰਾਈਬ ਕਰੋ ਆਪਣਾ YouTube ਚੈਨਲ ਸਾਂਝ ਟੀਵੀ।